ਬਠਿੰਡਾ ਵਿਖੇ ਅਧਿਆਪਕਾਂ ਨੇ DO ਦਫ਼ਤਰ ਦਾ ਘਿਰਾਓ ਕੀਤਾ। ਇਸ ਮੌਕੇ ਉਹਨਾਂ ਸਿੱਖਿਆ ਵਿਭਾਗ ਵੱਲੋਂ ਸਕੂਲਾਂ ਵਿੱਚ 33% ਅਧਿਆਪਕਾਂ ਨੂੰ ਭੇਜਣ ਦੇ ਹੁਕਮਾਂ ਦਾ ਵਿਰੋਧ ਕਰਦਿਆਂ ਕਿਹਾ ਕਿ ਸਕੂਲ ਜਾਣ ਵਿੱਚ ਬਹੁਤ ਪਰੇਸ਼ਾਨੀਆਂ ਹਨ ਕਿਉਂਕਿ ਟਰਾਂਸਪੋਰਟ ਨਹੀਂ ਚੱਲ ਰਹੀ। ਬਹੁਤੇ ਅਧਿਆਪਕ ਵਾਹਨ ਚਲਾਉਣਾ ਵੀ ਨਹੀਂ ਜਾਣਦੇ। ਬੱਚਿਆਂ ਨੂੰ ਜੋ ਆਨਲਾਈਨ ਕੰਮ ਕਰਵਾਉਣਾ ਹੈ ਉਹ ਮੋਬਾਈਲ 'ਤੇ ਹੀ ਕਰਵਾਉਣਾ ਹੈ। ਸਕੂਲਾਂ ਵਿੱਚ ਇਸ ਤਰ੍ਹਾਂ ਦਾ ਕੋਈ ਪ੍ਰਬੰਧ ਨਹੀਂ ਹੈ। DO ਪ੍ਰਾਇਮਰੀ ਵੱਲੋਂ ਅਧਿਆਪਕਾਂ ਦੀਆਂ ਪ੍ਰਮੋਸ਼ਨਾਂ ਨਹੀਂ ਕੀਤੀਆਂ ਜਾ ਰਹੀਆਂ, ਜਦਕਿ ਵਿਭਾਗ ਵੱਲੋਂ ਪ੍ਰਮੋਸ਼ਨਾਂ ਦੇ ਆਰਡਰ ਵੀ ਜਾਰੀ ਕੀਤੇ ਗਏ ਹਨ। ਇਸ ਮੌਕੇ ਸਮੂਹ ਅਧਿਆਪਕਾਂ ਨੇ DO ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ। ਕੀ ਕਹਿਣਾ ਜੀ, ਕਿਸ ਮੁੱਦੇ ਨੂੰ ਲੈ ਕੇ ਜਿਹੜਾ ਤੁਸੀਂ ਅੱਜ DO ਦਫ਼ਤਰ ਧਰਨਾ ਲਾਇਆ ਜੀ? ਸਰ, ਅਸੀਂ 2 ਮੁੱਦਿਆਂ ਨੂੰ ਲੈ ਕੇ ਆਏ ਹਾਂ। ਇਹ ਸਾਡਾ ਕੋਈ ਧਰਨੇ ਦਾ ਪ੍ਰੋਗਰਾਮ ਨਹੀਂ ਸੀਗਾ, ਇਹ ਸਾਨੂੰ ਮਜਬੂਰ ਕੀਤਾ ਗਿਆ ਇੱਥੋਂ ਦੇ ਦੋਨੋਂ DAs ਵੱਲੋਂ। ਪਿਛਲੇ ਦਿਨਾਂ ਦੇ ਵਿੱਚ 2 ਲੈਟਰ ਕੱਢੇ ਸੀ। ਇੱਕ ਤਾਂ ਇਹ ਸੀਗਾ ਵੀ ਸਕੂਲਾਂ 'ਚ ਜਾਣ ਵਾਲਾ ਵੀ 33% ਸਟਾਫ ਨਾਲ ਸਕੂਲ ਖੋਲ੍ਹੇ ਜਾਣ। ਇਹ ਉਹੋ ਜਿਹੀ ਗੱਲ ਹੀ ਹੈ ਵੀ ਬਿਨਾਂ ਪ੍ਰਬੰਧਾਂ ਤੋਂ, ਯਾਨੀ ਕਿ ਉਹਨਾਂ ਨੇ ਇੱਕ ਲੈਟਰ ਕੱਢਤੀ, ਨਾ ਤਾਂ ਪਬਲਿਕ ਟਰਾਂਸਪੋਰਟ ਚੱਲਿਆ ਇੱਥੇ, ਨਾ ਸਾਰੀਆਂ ਲੇਡੀਜ਼ ਨੂੰ ਸਾਧਨ ਚਲਾਉਣੇ ਆਉਂਦੇ ਆ, ਨਾ ਹੀ ਸਾਰਿਆਂ ਕੋਲ ਮਤਲਬ ਕਾਰਾਂ ਹੈਗੀਆਂ ਨੇ। ਜੇ ਮੰਨ ਲਓ 2 ਜਣੀਆਂ ਸੀਗਾ ਵੀ ਕਰ ਲੈਣ ਵੀ ਅਸੀਂ 2 ਲੇਡੀਜ਼ ਇਕੱਠੀਆਂ ਚਲਾ ਲਾਂਗੇ, ਪਰ ਉਹ ਚਲਾਣ ਕੱਟਿਆ ਜਾਂਦਾ ਵੀ ਇਹੋ ਜਿਹੀਆਂ ਗਰਾਊਂਡ ਲੈਵਲ 'ਤੇ ਨਿੱਕੀਆਂ ਨਿੱਕੀਆਂ ਬਹੁਤ ਪ੍ਰੋਬਲਮਾਂ ਨੇ। ਕੁਛ ਸਾਡੇ ਬਾਹਰਲੇ ਜ਼ਿਲ੍ਹਿਆਂ ਤੋਂ ਇੱਥੇ ਅਪੁਆਇੰਟ ਹੋਏ ਹੋਏ ਅਧਿਆਪਕ ਨੇ ਜਿਨ੍ਹਾਂ ਨੂੰ 110-10 200 ਕਿਲੋਮੀਟਰ ਤੋਂ ਆਉਣਾ ਪੈਂਦਾ ਅਤੇ ਇੱਥੇ ਪਹਿਲਾਂ ਉਹ ਕਿਰਾਇਆਂ 'ਤੇ ਰਹਿੰਦੇ ਸੀਗੇ, ਪਰ ਹੁਣ ਜਿੰਨੀ ਦਹਿਸ਼ਤ ਹੈਗੀ ਕਰੋਨਾ ਬਿਮਾਰੀ ਦੀ, ਕਿਰਾਏਦਾਰ ਵੀ ਉਹ ਮਤਲਬ ਜਿਹੜੇ ਮਕਾਨ ਮਾਲਕ ਨੇ ਉਹ ਘਰਾਂ 'ਚ ਨਹੀਂ ਵੜਨ ਦਿੰਦੇ ਗੇ। ਇਹੋ ਜਿਹੀਆਂ ਬਹੁਤ ਪ੍ਰੈਕਟੀਕਲ ਪ੍ਰੋਬਲਮਾਂ ਨੇ। ਅਸੀਂ ਇਸ ਤੋਂ ਪਹਿਲਾਂ ਵੀ ਇਹਨਾਂ ਨੂੰ ਜਾਣੂ ਕਰਵਾ ਕੇ ਗਏ ਹਾਂ, DO ਸਾਹਿਬ ਨੂੰ ਲਿਖਤੀ ਵੀ ਦੇ ਕੇ ਗਏ ਹਾਂ ਵੀ ਤੁਸੀਂ ਇਹਨਾਂ ਸਮੱਸਿਆ ਦਾ ਹੱਲ ਸੋਚੇ ਬਿਨਾਂ ਤੁਸੀਂ ਲੈਟਰ ਲਾਗੂ ਕਰਤਾ, ਪਰ ਇਹਨਾਂ ਨੇ ਸਮਾਂ ਘਟਾਤਾ, ਸਾਡੀ ਗੱਲ ਵੱਲ ਧਿਆਨ ਨਹੀਂ ਦਿੱਤਾ। ਅਸੀਂ ਮੰਗ ਇਹ ਰੱਖੀ ਸੀ ਜ਼ੋਰ ਨਾਲ ਵੀ ਸਕੂਲ ਮੁਖੀਆਂ ਦੇ ਉੱਤੇ ਛੱਡਿਆ ਜਾਵੇ ਵੀ ਉਹ ਆਪਦੀ ਸਹੂਲਤ ਦੇ ਹਿਸਾਬ ਨਾਲ, ਆਪਦੇ ਕੰਮਾਂ ਧੰਦਿਆਂ ਦੇ ਹਿਸਾਬ ਨਾਲ, ਜਿਹਨੂੰ ਉਹਨਾਂ ਨੂੰ ਠੀਕ ਲੱਗਦਾ ਸਮੱਸਿਆ ਵਾਲੇ ਅਧਿਆਪਕਾਂ ਨੂੰ ਐਡਜਸਟ ਕਰਕੇ ਸਕੂਲ ਦਾ ਕੰਮ ਵੀ ਚਲਾ ਲੈਣ ਅਤੇ ਅਧਿਆਪਕਾਂ ਦੀ ਸਮੱਸਿਆ ਵੀ ਹੱਲ ਹੋ ਜਾਵੇ। ਪਰ ਇਹਨਾਂ ਨੇ ਯਾਨੀ ਕਿ ਆਪਦਾ ਜਿਹੜਾ ਪੱਤਰ ਹੈਗਾ ਉਹ ਵਾਪਸ ਨਹੀਂ ਲਿਆ, ਨਾ ਸਾਨੂੰ ਛੋਟ ਦਿੱਤੀ, ਇਸ ਕਰਕੇ ਸਾਨੂੰ ਮਜਬੂਰੀ ਵਾਸਤੇ ਇੱਥੇ ਆਉਣਾ ਪਿਆ। ਦੂਜੀ ਸਾਡੀ ਪ੍ਰਾਇਮਰੀ ਦੀ ਮੰਗ ਹੈਗੀ, ਜਿਹੜੀ ਆਨਲਾਈਨ ਪੜ੍ਹਾਈ ਦੀ ਗੱਲ ਕਰਦੇ ਆ, ਉਹ ਤਾਂ ਸਾਡਾ ਵੱਡਾ ਰੋਸ ਇਸ ਗੱਲ ਦਾ ਵੀ ਆਨਲਾਈਨ ਪੜ੍ਹਾਈ ਪਹਿਲਾਂ ਜਦੋਂ ਛੁੱਟੀਆਂ ਕੀਤੀਆਂ ਸਰਕਾਰ ਨੇ 10 ਅਪ੍ਰੈਲ ਤੋਂ 10 ਮਈ ਤੱਕ ਮਹੀਨੇ ਦੀਆਂ ਛੁੱਟੀਆਂ ਦੇਤੀਆਂ, ਮੋਬਾਈਲ ਭੱਤਾ ਕੱਟ ਲਿਆ, ਹੁਣ ਵੀ ਕੱਟਿਆ ਜਾ ਰਿਹਾ, ਉਦੋਂ 20 ਅਧਿਆਪਕ ਆਨਲਾਈਨ ਪੜ੍ਹਾਈ ਕਰਾਉਂਦੇ ਰਹੇ ਆ। ਈਵਨ ਕਿ ਛੁੱਟੀਆਂ 'ਚ ਨਹੀਂ ਕਰਾਉਣਾ ਹੁੰਦਾ, ਸਕੂਲ ਦਾ ਕੰਮ ਦੇਣਾ ਹੁੰਦਾ, ਪਰ ਵਲੰਟਰਲੀ ਵੀ ਅਧਿਆਪਕ ਕਰਵਾਉਂਦੇ ਰਹੇ ਨੇ। ਇਹ ਨਹੀਂ ਹੈ ਵੀ ਉਹਨਾਂ ਦਾ ਕੋਈ ਸਰੋਕਾਰ ਨਹੀਂ, ਬਹੁਤ ਲਗਾਅ ਹੈ ਸਾਨੂੰ ਆਪਦੇ ਬੱਚਿਆਂ ਨਾਲ, ਅਸੀਂ ਆਪਦੇ ਬੱਚਿਆਂ ਦੇ ਭਵਿੱਖ ਬਾਰੇ ਜ਼ਿਆਦਾ ਚਿੰਤਤ ਹਾਂ ਹੋਰ ਕਿਸੇ ਵੀ ਨਾਲੋਂ। ਤਾਂ ਇਸ ਕਰਕੇ ਅਸੀਂ ਉਸ ਗੱਲ ਨੂੰ ਧਿਆਨ 'ਚ ਰੱਖਦੇ ਹੋਏ ਬੱਚਿਆਂ ਨੂੰ ਆਨਲਾਈਨ, ਜਿਨ੍ਹਾਂ ਕੋਲ ਫੈਸਿਲਿਟੀ ਸੀ, ਵੱਡੀ ਪ੍ਰੋਬਲਮ ਇਹ ਹੈ ਵੀ ਸਾਡੇ ਬੱਚਿਆਂ ਕੋਲ ਫੈਸਿਲਿਟੀ ਹੀ ਨਹੀਂ ਹੈ ਆਨਲਾਈਨ ਦੀ। ਸਾਡੇ ਕੋਲ ਸਮੱਸਿਆਵਾਂ ਇਸ ਹੱਦ ਤੱਕ ਆਉਂਦੀਆਂ ਨੇ ਵੀ ਇੱਕ ਮਾਂ ਪਿਓ ਦਾ ਫੋਨ ਆਇਆ, ਉਹ ਕਹਿੰਦੇ ਵੀ ਅਸੀਂ 10,000 ਦੀ ਕਣਕ ਦਾ ਸੀਜ਼ਨ ਲਾਇਆ ਅਤੇ ਸਾਡਾ ਬੱਚਾ ਜ਼ਿੱਦ ਕਰ ਰਿਹਾ ਸਾਨੂੰ ਮੋਬਾਈਲ ਲੈ ਕੇ ਦਿਓ, ਅਸੀਂ ਅੱਖ ਚੱਬ ਕੇ 10,000 ਦੀ ਕਣਕ ਲੈਣੀ ਸੀ, ਅਸੀਂ ਮੋਬਾਈਲ ਖਰੀਦ ਕੇ ਦਿੱਤਾ। ਜੈਨੂਇਨਲੀ ਇਸ ਗੱਲ ਦੀ ਸੀ ਸਰਕਾਰ ਦੀ ਵੀ ਜੇ ਸਭ ਤੋਂ ਪਹਿਲਾਂ ਪ੍ਰਬੰਧ ਕਰਦੇ ਉਹਨਾਂ ਗਰੀਬ ਬੱਚਿਆਂ ਵਾਸਤੇ ਮੋਬਾਈਲ ਫੋਨ ਦਾ, ਪ੍ਰੋਜੈਕਟਰਾਂ ਦਾ ਪ੍ਰਬੰਧ ਕਰਦੇ, ਫੇਰ ਬਣਦਾ ਸੀ ਵੀ ਇਹ ਸਹੀ ਸਰੋਕਾਰ ਆਨਲਾਈਨ ਪੜ੍ਹਾਈ ਦਾ। ਸਿਰਫ 10% ਬੱਚੇ ਆ ਜਿਨ੍ਹਾਂ ਕੋਲ ਮਤਲਬ ਮੋਬਾਈਲ ਹੈਗਾ, ਵਟਸਐਪ ਹੈਗਾ, ਉਹ ਵੀ ਤੁਹਾਨੂੰ ਦੱਸਦੇ ਆ ਵੀ ਜਦੋਂ ਅਸੀਂ ਕੰਮ ਦਿੰਦੇ ਹਾਂ, ਫੋਨ ਕਰਦੇ ਹਾਂ, ਉਹਨਾਂ ਦੇ ਘਰ ਦੇ ਮੰਡੀਆਂ 'ਚ ਬੈਠੇ ਹੁੰਦੇ ਆ, ਕਣਕ ਦਾ ਸੀਜ਼ਨ ਚੱਲਦਾ, ਉਹ ਸਾਨੂੰ ਕਹਿੰਦੇ ਆ ਮੈਡਮ ਜੀ ਅਸੀਂ ਸ਼ਾਮ ਨੂੰ ਜਾ ਕੇ ਆਪਦੇ ਬੱਚੇ ਨੂੰ ਦੱਸ ਦਾਂਗੇ, ਸਾਨੂੰ ਵਟਸਐਪ ਦੇ ਉੱਤੇ ਮੈਸੇਜ ਕਰ ਦਿਓ। ਆਨਲਾਈਨ ਬੱਚੇ ਸਾਡੇ ਨਹੀਂ ਇੱਦਾਂ ਬਹਿ ਸਕਦੇ। ਤੀਜੀ ਗੱਲ, ਸਾਡੇ ਬੱਚੇ 5ਵੀਂ ਤੱਕ ਦੇ ਨੇ, 10ਵੀਂ ਤੱਕ ਦੇ ਨੇ, ਬਹੁਤ ਟੀਨੇਜ਼ਰ ਬੱਚੇ ਨੇ ਅਤੇ ਬਹੁਤ ਛੋਟੇ ਬੱਚੇ ਨੇ, ਜਿੰਨਾ ਉਹਨਾਂ ਦੇ ਇੰਪੈਕਟ ਪੈਂਦਾ ਆਨਲਾਈਨ ਪੜ੍ਹਾਈ ਦੇ ਬਹਾਨੇ, ਉਹ ਫੋਨ ਲੈ ਕੇ ਬੈਠੇ ਰਹਿੰਦੇ ਨੇ। ਇਹੋ ਜਿਹੀਆਂ ਬਹੁਤ ਵੱਡੀਆਂ ਸਮੱਸਿਆਵਾਂ ਆਈਆਂ ਨੇ, ਸਾਨੂੰ ਮਾਂ ਪਿਓ ਗਾਲਾਂ ਵੀ ਕੱਢਦੇ ਨੇ। ਈਵਨ ਕਿ ਉਹਨਾਂ ਦਾ ਇਹ ਬਹੁਤ ਜ਼ੋਰ ਨਾਲ ਮੰਗ ਹੈ ਵੀ ਤੁਸੀਂ ਜਿਹੜਾ ਇਹ ਆਨਲਾਈਨ ਪੜ੍ਹਾਈ ਵਾਲਾ ਸਾਡੇ ਬੱਚਿਆਂ ਨੂੰ ਖਰਾਬ ਕਰਨ ਵਾਲਾ ਮਤਲਬ ਰਾਹ ਕੱਢ ਲਿਆ, ਇਹਨੂੰ ਬੰਦ ਕਰੋ। ਮੈਂ ਰੇਸ਼ਮ ਸਿੰਘ ਆ ਜੀ, ਮੈਂ DTF ਤੋਂ ਜ਼ਿਲ੍ਹਾ ਪ੍ਰਧਾਨ। ਅਸੀਂ ਪਿਛਲੇ ਹਫ਼ਤੇ ਵੀ ਦੋਵੇਂ DO ਸਾਹਿਬ ਨੂੰ ਮਿਲ ਕੇ ਗਏ ਸੀ। ਸਾਡੀ ਮੰਗ ਸੀ ਕਿ ਜਿਹੜਾ ਇਹਨਾਂ ਨੇ ਆਨਲਾਈਨ ਪੜ੍ਹਾਈ ਦੇ ਬਹਾਨੇ ਅਧਿਆਪਕਾਂ ਦੀ ਖੱਜਲ ਖੁਆਰੀ ਸ਼ੁਰੂ ਕੀਤੀ ਹੋਈ ਆ DC ਤੋਂ ਮਨਜ਼ੂਰੀ ਲੈ ਕੇ, ਕਿ ਇੰਨੀ ਗਰਮੀ ਦੇ ਵਿੱਚ 33% ਸਟਾਫ ਆ ਸਕੂਲ 'ਚ ਜਾਵੇ, ਸਾਨੂੰ ਸਾਡੀ ਮੰਗ ਸੀ ਕਿ ਆਨਲਾਈਨ ਪੜ੍ਹਾਈ ਆ ਜਿਹੜੀ ਉਹ ਘਰੇ ਹੋ ਸਕਦੀ ਹੈ, ਜਾਂ ਤਾਂ ਇਹੋ ਜਿਹਾ ਕੋਈ ਸੰਦ ਹੋਵੇ ਜਿਹੜਾ ਸਕੂਲ ਦੇ ਵਿੱਚ ਆਨਲਾਈਨ ਪੜ੍ਹਾਈ 'ਚ ਸਹਾਈ ਹੁੰਦਾ ਹੋਵੇ, ਜਾਣ ਬੁੱਝ ਕੇ ਖੱਜਲ ਖੁਆਰੀ ਉਹ ਬੰਦ ਕੀਤੀ ਜਾਵੇ। ਉਹ ਅੱਜ ਸਾਡੀ DO ਅੰਦਰ ਸਕੈਂਡੀ ਨਾਲ ਗੱਲ ਹੋਈ, 31 ਮਈ ਤੋਂ ਬਾਅਦ ਉਹ ਬਿਲਕੁਲ ਐਂ ਅਗਲੇ ਐਕਸਟੈਂਡ ਨਹੀਂ ਕਰਨਗੇ, ਅਤੇ ਹੁਣ ਵੀ ਉਹ ਅੱਜ ਹੀ ਮੈਸੇਜ ਪਾ ਰਹੇ ਆ ਵੀ ਜਿਹੜੇ ਅਧਿਆਪਕਾਂ ਦੀ ਕੋਈ ਸਮੱਸਿਆ, ਉਹਨਾਂ ਨੂੰ ਕਿਸੇ ਨੂੰ ਵੀ ਜਾਣ ਦੀ ਕੋਈ ਲੋੜ ਨਹੀਂ, ਭਾਵੇਂ ਉਹਨਾਂ ਦਾ DDO ਜਾਂ ਹੈ ਟੀਚਰ ਬੁਲਾਵੇ, ਜੇ ਬਾਹਰਲੇ ਜ਼ਿਲ੍ਹਿਆਂ ਵਾਲੇ ਆ, ਹੈਂਡੀਕੈਪਟ ਆ, ਕੋਈ ਛੋਟੇ ਬੱਚਿਆਂ ਵਾਲੀਆਂ ਔਰਤਾਂ ਬਿਲਕੁਲ ਯਾਨੀ ਕਿ ਸਕੂਲਾਂ ਦੇ ਵਿੱਚ ਨਹੀਂ ਜਾਣਗੀਆਂ। ਅਗਲੀ ਗੱਲ ਜਿਹੜੀ ਸਾਡੀ DO ਪ੍ਰਾਇਮਰੀ ਨਾਲ ਆ, ਕਿਉਂਕਿ ਵਾਰ-ਵਾਰ ਸਾਡੀ ਪਿਛਲੇ 6 ਮਹੀਨਿਆਂ ਤੋਂ ਅਸੀਂ ਪ੍ਰਮੋਸ਼ਨਾਂ ਦੀ ਮੰਗ ਕਰਦੇ ਆ ਰਹੇ ਹਾਂ। DPI ਐਲੀਮੈਂਟਰੀ ਨੇ ਚਿੱਠੀ ਵੀ ਕੱਢਤੀ 15 ਤਰੀਕ ਨੂੰ ਕਿ ਇੱਕ ਹਫ਼ਤੇ ਦੇ ਵਿੱਚ ਪ੍ਰਮੋਸ਼ਨਾਂ ਕਰਕੇ ਸਾਨੂੰ ਰਿਪੋਰਟ ਕਰੋ, ਪਰ ਸਾਡੇ DO ਪ੍ਰਾਇਮਰੀ ਦਾ ਵਿਹਾਰ ਇੰਨਾ ਕਰਪਟ ਹੈ, ਕਰਪਸ਼ਨ ਇਕੱਲੀ ਪੈਸੇ ਦੀ ਨਹੀਂ ਹੁੰਦੀ, ਵਿਹਾਰ ਆ ਜੇ ਕਰਪਟ ਆ ਤਾਂ ਉਹ ਕਰਪਸ਼ਨ ਹੀ ਹੁੰਦੀ ਆ।
ਪ੍ਰਮੋਸ਼ਨਾਂ ਬਾਰੇ ਅੱਜ ਉਹਨਾਂ ਦੀ ਸਟੇਟਮੈਂਟ ਆ ਜਿਹੜੀ ਅਸੀਂ ਅੱਜ ਸੋਲਿਡ ਲੈ ਕੇ ਜਾਵਾਂਗੇ, ਨਹੀਂ ਤਾਂ ਅਸੀਂ ਘਰਾਓ ਦੀ ਅਗਲੀ ਇਹ ਜਿਹੜੀ ਤਿਆਰੀ ਆ ਲਗਾਤਾਰ ਅਸੀਂ ਸਾਡਾ ਇਹ DTF ਦਾ ਤਜਰਬਾ ਅਸੀਂ ਘਰਾਂ ਮੂਹਰੇ ਜਗਰਾਤੇ ਵੀ ਕਰਨ ਜਾਣਦੇ ਹਾਂ। ਅਸੀਂ DO ਸਾਹਿਬ ਦੇ ਘਰ ਮੂਹਰੇ ਜਗਰਾਤਾ ਲਗਾਤਾਰ ਕਰਾਂਗੇ ਅਤੇ ਇਹਨਾਂ ਦੇ ਮੁਹੱਲੇ 'ਚ ਇਹਨਾਂ ਦੇ ਕਲੋਨੀ ਦੇ ਵਿੱਚ ਇਹਨਾਂ ਦਾ ਜਲੂਸ ਕੱਢਾਂਗੇ, ਜਿਵੇਂ ਜਿਹੋ ਜਿਹਾ ਵਿਹਾਰ ਇਹ ਕਰ ਰਹੇ ਅਧਿਆਪਕਾਂ ਨਾਲ। ਇਹ ਸਾਡੀ ਮੰਗ ਆ ਕਿ ਪ੍ਰਮੋਸ਼ਨਾਂ ਜਲਦੀ ਤੋਂ ਜਲਦੀ ਸ਼ੁਰੂ ਕਰਨੀਆਂ।